ਚੰਚਲ ਲਤਾ ਹਾਂਜੀ ਮੈਮ ਇੱਕ ਕਰੋਨਾ ਕਾਫੀ ਵੀ ਵਰਤੀ ਤੇ ਪੋਜ਼ਿਟਿਵ ਆਇਆ ਕਿ ਕੀ ਮਾਮਲਾ ਉਹ ਟੀਚਰ ਨਾ ਸਾਡੇ ਕੋਲ ਨੀਅਰ ਅਬਾਊਟ 1 ਵੀਕ ਤੋਂ ਆ ਨਹੀਂ ਰਿਹਾ ਸੀ ਉਹਨੂੰ ਥੋੜੀ ਪ੍ਰੋਬਲਮ ਸੀਗੀ ਉਹਨੇ ਪਰਸਨਲ ਤੌਰ ਤੇ ਟੈਸਟ ਕਰਾਇਆ ਸੀ ਆਪਣਾ ਉਹਦਾ ਟੈਸਟ ਪੋਜ਼ਿਟਿਵ ਆ ਗਿਆ ਉਹਨੇ ਸਾਨੂੰ ਮੈਸੇਜ ਕੀਤਾ ਅਸੀਂ ਫਿਰ ਹਸਪੀਟਲ ਗਏ ਉਹਨਾਂ ਨੇ ਸਾਡੀ ਸੈਂਪਲਿੰਗ ਕੀਤੀ ਸਾਨੂੰ ਸਕੂਲ ਨੂੰ ਕੁਆਰੰਟਾਈਨ ਕਰਤਾ ਬੱਚਿਆਂ ਦੇ ਸੈਂਪਲਿੰਗ ਲੈ ਕੇ ਚਲੇ ਗਏ ਉਹ ਸਾਡੇ ਸਾਰੇ ਬੱਚੇ ਸਾਰੇ ਟੀਚਰਸ ਨੈਗੇਟਿਵ ਆ ਰਹੇ ਟੈਸਟ ਰਿਪੋਰਟ ਆ ਗਈ ਕਿੰਨਾ ਚਿਰ ਸਕੂਲ ਜਿਹੜਾ ਬੰਦ ਉਹਨਾਂ ਨੇ 72 ਘੰਟੇ ਲਈ ਕਿਹਾ ਸੀ ਸਾਨੂੰ ਬੰਦ ਕਰਨ ਵਾਸਤੇ ਹੁਣ ਉਹ ਸਕੂਲ ਬੰਦ ਹੋ ਗਿਆ ਹਾਂਜੀ ਹੁਣ ਇਸ ਟਾਈਮ ਸਕੂਲ ਬੰਦ ਜੀ ਤੇ ਇੱਕ ਕੀ ਪ੍ਰੀਕਾਸ਼ਨਸ ਜਿਹੜੇ ਬਸ ਅਸੀਂ ਬੱਚਿਆਂ ਨੂੰ ਕੁਆਰੰਟਾਈਨ ਰਹਿਣ ਵਾਸਤੇ ਕਰਤਾ ਉਹਨਾਂ ਪੇਰੈਂਟਸ ਨੂੰ ਇਨਫੋਰਮ ਕਰਤਾ ਵੀ ਉਹ ਬੱਚਿਆਂ ਨੂੰ ਆਈਸੋਲੇਟ ਕਰ ਦੇਣ ਪ੍ਰੀਕਾਸ਼ਨ ਸਾਰੀਆਂ ਲੈ ਲੈਣ ਕਰੋਨਾ ਵਾਲੀਆਂ